ਸਵਾਗਤ ਕਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਇਸ ਵੇਲੇ ਦੀ ਵੱਡੀ ਖਬਰ ਲਦਾਖ ਤੋਂ ਆ ਰਹੀ ਹੈ। ਪੂਰਬੀ ਲਦਾਖ ਵਿੱਚ ਲਾਈਨ ਆਫ ਅਸਲ ਕੰਟਰੋਲ ਯਾਨੀ LAC ਤੇ ਗੋਲੀਬਾਰੀ ਦੀ ਖਬਰ ਮਿਲਦੀ ਹੈ। ਸਮਾਚਾਰ ਏਜੰਸੀ ANI ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਉਹੀ ਥਾਂ ਹੈ ਜਿੱਥੇ ਪਿਛਲੇ 3 ਮਹੀਨੇ ਤੋਂ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਵਿਵਾਦ ਹੋਇਆ ਹੈ। ਦੱਸ ਦਈਏ ਕਿ LAC ਕੋਲ ਦੋਵਾਂ ਦੇਸ਼ਾਂ ਦੇ ਫੌਜੀਆਂ ਦੇ ਵਿਚਕਾਰ ਕਾਫੀ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਅਤੇ ਦੋਨਾਂ ਪਾਸਿਆਂ ਨੂੰ ਫੌਜੀ ਅਤੇ ਸਿਆਸੀ ਪੱਧਰ ਤੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ 1975 ਤੋਂ ਬਾਅਦ ਸਰਹੱਦ ਦੇ ਪਾਰ ਤੇ ਚੀਨ ਦੇ ਫੌਜੀਆਂ ਵਿਚਾਲੇ ਇਸ ਤਰ੍ਹਾਂ ਪਹਿਲੀ ਵਾਰ ਗੋਲੀਬਾਰੀ ਹੋਈ ਹੈ। ਚੀਨੀ ਰੱਖਿਆ ਮੰਤਰਾਲਾ ਚੀਨੀ ਪੀਪਲਸ ਲਿਬਰੇਸ਼ਨ ਆਰਮੀ ਦੇ ਵੈਸਟਰਨ ਥੀਏਟਰ ਕਮਾਂਡ ਦੇ ਬੁਲਾਰਾ ਕਰਨਲ ਚਿਆਂਗ ਸ਼ੋਲੀ ਨੇ ਦੇਰ ਰਾਤ ਦਿੱਤੇ ਗਏ ਬਿਆਨ ਵਿੱਚ ਕਿਹਾ ਹੈ ਕਿ ਭਾਰਤੀ ਫੌਜੀਆਂ ਵੱਲੋਂ ਕਥਿਤ ਭੜਕਾਊ ਕਾਰਵਾਈ ਕੀਤੀ ਗਈ ਹੈ, ਜਿਸ ਦੇ ਨਾਲ ਚੀਨੀ ਫੌਜੀਆਂ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। PLA ਵੈਸਟਰਨ ਥੀਏਟਰ ਕਮਾਂਡ ਦੇ ਬੁਲਾਰਾ ਕਰਨਲ ਚਿਆਂਗ ਸ਼ੋਲੀ ਨੇ ਇਹ ਵੀ ਖੁਲਾਸਾ ਕੀਤਾ ਕਿ ਭਾਰਤੀ ਫੌਜ ਨੇ ਗੈਰ ਕਾਨੂੰਨੀ ਰੂਪ ਦੇ ਨਾਲ ਸੋਮਵਾਰ ਨੂੰ ਪੈਂਗੋਂਗ ਝੀਲ ਦੇ ਦੱਖਣੀ ਕਿਨਾਰੇ ਕੋਲ ਛੇਨਪਾਓ ਪਹਾੜ ਵਿੱਚ ਅਸਲ ਕੰਟਰੋਲ ਲਾਈਨ ਨੂੰ ਪਾਰ ਕੀਤਾ ਸੀ। ਭਾਰਤੀ ਫੌਜ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਵਾਰਨਿੰਗ ਸ਼ਾਟਸ ਫੈਰ ਕੀਤੇ ਗਏ ਸਨ। ਸਰਹੱਦ ਦੇ ਤੈਨਾਤ ਫੌਜੀ ਉਦੋਂ ਤੋਂ ਹਾਈ ਅਲਰਟ ਤੇ ਹਨ ਜਦੋਂ ਤੋਂ ਉਹਨਾਂ ਨੇ ਕਾਰ ਟਾਪ ਅਤੇ ਹੈਲਮੇਟ ਟਾਪ ਨੂੰ ਆਪਣੇ ਕੰਟਰੋਲ ਦੇ ਵਿੱਚ ਲਿਆ ਹੈ ਅਤੇ ਚੀਨੀ ਫੌਜੀ ਇਹਨਾਂ ਦੋਨਾਂ ਸਿਖਰਾਂ ਤੇ ਕੰਟਰੋਲ ਹਾਸਲ ਕਰਨ ਲਈ ਅੱਗੇ ਵੱਧ ਰਹੇ ਨੇ। ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਤੇ ਚੀਨੀ ਫੌਜੀਆਂ ਵਿਚਾਲੇ ਗੋਲੀਬਾਰੀ ਦੀ ਘਟਨਾ ਪੂਰਬੀ ਲਦਾਖ ਸੈਕਟਰ ਵਿੱਚ LAC ਨੇੜੇ ਹੋਈ ਹੈ। ਹਾਲਾਂਕਿ ਸੂਤਰ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਮੌਜੂਦਾ ਹਾਲਾਤ ਥੋੜੇ ਕਾਬੂ ਦੇ ਵਿੱਚ ਨੇ।